ਸਾਡਾ ਸ਼ਰਮ ਕਰਨੀ ਬਾਬਾ ਸਾਹਿਬ ਸਿੰਘ ਜੀ ਪਿੰਡ ਮੋੜੇ ਅਤੇ ਲੰਗਰ ਹਾਲ ਦਾ ਕੰਡੈਕਟਰ ਸਵੇਰੇ ਅਰਦਾਸ ਬੇਨਤੀ ਕਰਕੇ ਬਾਬਾ ਸਤਨਾਮ ਸਿੰਘ ਜੀ ਬਾਬਾ ਕਿਰਪਾਲ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬੇ ਦੇ ਸਾਰੇ ਜਾਇਦਾਦ ਨਾਲ ਲਾ ਕੇ ਅਰਦਾਸ ਬੇਨਤੀ ਕਰਕੇ ਲਿੰਕ ਚਾਲੂ ਕੀਤਾ 5 ਵਜੇ ਕਰਕੇ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਬਾਬਾ ਹਰ ਸਿੰਘ ਜੀ ਸੰਤ ਬਾਬਾ ਲੱਖਾ ਜੀ ਜਾਇਦਾਦ ਬਾਬਾ ਸਤਨਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸੇਵਾ ਚੱਲਦੀ ਹੈ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਜਗ੍ਹਾ 'ਤੇ ਸੇਵਾ ਚੱਲਦੀ ਹੈ ਪਾਕਿਸਤਾਨ ਚੱਲਦੀ ਆ ਗੁਰਦਾਸਪੁਰ ਰਾਜਸਥਾਨ ਦੇ ਵਿੱਚ ਹੀ ਗੰਗਾਨਗਰ ਬਹੁਤ ਸੇਵਾ ਚੱਲਦੀ ਹੈ 87 ਥਾਵਾਂ 'ਤੇ ਸੇਵਾ ਚੱਲ ਰਹੀ ਹੈ ਗੁਰੂ ਸਾਹਿਬ ਬਰਾੜ ਵੈਰੋਕੀ ਸੌੜੀਆਂ ਭਿੰਡੀਆਂ ਧਰਮਕੋਟ ਬਾਬੇ ਦੀ ਕੁੱਲੀ ਅਰਦਾਸ ਵੈਰੋਕੀ ਚੱਕ ਬਹੁਤ ਜ਼ਿਆਦਾ ਸੇਵਾ ਚੱਲਦੀ ਬਾਬਾ ਸਤਨਾਮ ਸਿੰਘ ਜਿਹੜੀਆਂ ਸੰਗਤਾਂ ਆਈਆਂ ਕਿੱਥੋਂ ਕਿੱਥੋਂ ਆਈਆਂ ਇਹ ਇਲਾਕਾ ਆਇਆ ਸਾਰਾ ਠੀਕ ਹੈ ਗੁਰਦਾਸਪੁਰੋਂ ਆਈ ਕੋਲ ਜਿੱਥੇ ਬਾਬੇ ਸੇਵਾ ਚੱਲਦੀ ਕਿੰਨੀ ਕਿੰਨੀ ਇਮਾਰਤ ਦਾ ਲੈਟਰ ਪੈ ਰਿਹਾ ਕਿੰਨੀ ਕਿੰਨੀ ਹੋ ਗਈ ਕਿੰਨੇ ਸੈਂਕੜੇ ਲੈਟਰ ਹੈ ਇਹ ਸਾਰਾ ਸੰਗਤਾਂ ਦੇ ਸਹਿਯੋਗ ਨਾਲ ਪੈ ਠੀਕ ਹੈ ਸਾਰੇ ਇਲਾਕੇ ਦੀ ਬੜੀ ਮਿਹਨਤ ਸਦਕਾ ਬਾਬਾ ਲੱਖਾ ਸਿੰਘ ਜੀ ਤੋਂ ਬਾਅਦ ਸਤਨਾਮ ਸਿੰਘ ਉਹਨਾਂ ਨੇ ਸਥਾਨ ਦੀ ਸੇਵਾ ਲਈ ਸਾਰੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਜ ਸਾਰੀ ਸਥਾਨ ਸੇਵਾ ਆਰੰਭ ਹੋਈ ਅੱਜ ਇਹ ਲੰਗਰ ਹਾਲ ਹੈ ਜੋ ਨਹੀਂ